ਮੁੰਡੇ ਦਾ ਕੀ ਨਾਂ ਦੱਸਿਆ ਜੀ? ਰੌਕੀ। ਰੌਕੀ ਕੀ? ਮੈਂਟਲ। ਇਹ ਇੰਡੀਆ ਕੈਂਪ ਆ, ਤੇਰੇ ਪਿੰਡ ਦਾ ਅਖਾੜਾ ਨਹੀਂ। ਇੱਥੇ ਪਲੇਅਰ ਮੁਲਕ ਲਈ ਤੇ ਰੋਜ਼ਗਾਰ ਲਈ ਖੇਡਦੇ ਆ। 8 ਸਾਲ ਪੁਰਾਣੀ ਯਾਰੀ ਆ ਬਾਈ, ਮੇਰਾ ਅੱਗਾ ਤੇਰਾ, ਅਤੀਤ ਤੇਰਾ, ਫੈਸਲੇ ਯਾਰੀਆਂ ਸਭ ਉੱਪਰ ਤਾਂ ਤੇਰਾ ਹੀ ਹੱਕ ਹੈ। ਮੇਰੀ ਜਾਨ ਤਾਂ ਮੇਰੀ ਰਹਿਣ ਦੇ। ਤੇਰੇ ਨਾਲ ਹੀ ਮੇਰੇ ਹੱਥ ਨਾ ਲਾ ਮੈਨੂੰ, ਜਾ। ਤੂੰ ਇਸ ਕੈਂਪ ਦੇ ਲਾਇਕ ਨਹੀਂ, ਜਾ ਕੇ ਪਾਰਕਾਂ ਕਾਲਜਾਂ 'ਚ ਆਪਣਾ ਚਟਪਣਾ ਵਿਖਾ, ਦਫਾ ਹੋ ਜਾ ਇੱਥੋਂ। ਬਾਕਸਰ, ਗੈਂਗਸਟਰ ਜਾਂ ਰੇਪਿਸਟ, ਇਸ ਵਕਤ ਤੁਹਾਡੇ ਤੇ ਕਿਹੜਾ ਕਿਰਦਾਰ ਸਭ ਤੋਂ ਵੱਧ ਹਾਵੀ ਹੈ? ਨਾ ਚਿਹਰੇ ਉੱਤੇ ਨਮੋਸ਼ੀ, ਨਾ ਅੱਖਾਂ 'ਚ ਅਫਸੋਸ, ਕੁਝ ਇਸ ਕਦਰ ਦੇ ਹਾਵ ਭਾਵ ਸਨ ਮੁਜਰਮ ਰੌਕੀ। ਤੈਨੂੰ ਦੜ ਵੱਟੀ ਵੇਖ ਟਿਕਾ ਆ ਗਿਆ ਜਦੋਂ ਮਰ ਜਾਣਿਆ, ਆ ਮਾਊ ਬਣਿਆ ਬਾਲੇ ਪਿਆਰਾ ਲੱਗਦਾ। ਵੈਰ ਰੌਕੀ ਕੋ ਸੱਜਰੀ ਮਸ਼ੂਕ ਨੀ, ਜਿਹਨੂੰ ਖੇਡ ਖੂਡ ਕੇ ਦਵਾਟੇ ਛੱਡਦਾ। ਵੈਰ ਨਾਲ ਤਾਂ ਜੱਟ ਲਾਵਾਂ ਲੈਂਦਾ ਤੇ ਰਹਿੰਦੀ ਉਮਰ ਤੱਕ ਨੀ ਪਾਉਂਦਾ। ਕੈਮਰਿਆਂ ਤੇ ਚਮਕਾਰਿਆਂ ਚ ਸ਼ਿਕਾਰ ਨਹੀਂ ਖੇਡੀ। ਫਿਰ ਗਿੱਲਾਂ ਤੇ ਲਹੂ ਡੋਲਣ ਵਾਲੇ ਦਾ ਮੈਂ ਤੁੱਕਾ ਤੁੱਕਾ ਲਹੂ ਵਹਾਉਣਾ ਸੀ। ਹਾਰ ਖਿਡਾਰੀਆਂ ਲਈ ਹੁੰਦੀ ਹੈ, ਮਰਨਾ ਮਾਰਨਾ ਮੁਜਰਮਾਂ ਲਈ। ਕਾਨੂੰਨ ਨੂੰ ਮੈਂ ਮਰਿਆ ਨਹੀਂ ਥਿਆਉਂਦਾ ਤੇ ਮਰਨਾ ਮੇਰੇ ਲਈ ਨਹੀਂ।